ਲਓ ਵੀ ਜਸ਼ਨ ਇੱਧਰ ਬੂਟਿਆਂ ਦੀ ਕਰ ਰਹੀ ਸੇਵਾ, ਪਾਣੀ ਪਾ ਰਿਹਾ, ਮਿਲੋ ਜਸ਼ਨ ਨੂੰ ਜੀ। ਹਾਂ ਵੀ ਜਸ਼ਨ ਚੱਲ ਰਿਹਾ ਪਾਣੀ ਦਾ ਕੰਮ। ਲਓ ਵੀ ਜਸ਼ਨ ਤੇਰੇ ਹੀ ਬੂਟੇ ਹਵਾਲੇ ਆ ਨਾ, ਵੀ ਜਸ਼ਨ ਨੇ ਸਾਰੇ ਬੂਟਿਆਂ ਦੀ ਕਰਨੀ ਹੈ ਇਹਨਾਂ ਦੀ ਸੇਵਾ। ਰੋਜ਼ ਪਾਣੀ ਪਾਉਂਦੇ ਪਰ ਬੂਟੇ ਰੋਜ਼ ਪਾਣੀ ਪੀ ਵੀ ਲੈਂਦੇ। ਫੁੱਲ ਪੁੱਤ ਭਰ ਭਰ ਕੇ ਪਾ ਡੱਬਾ, ਠੀਕ ਆ ਹੈ ਨਾ। ਅਤੇ ਲਓ ਬਾਈ ਇੱਧਰ ਅੱਜ ਮੌਸਮ ਵੀ ਬਾਈ ਹੁਣ ਥੋੜ੍ਹਾ ਜਿਹਾ ਗੜਬੜ ਜੀ ਕਰੀ ਜਾਂਦਾ ਵਿੱਚੇ ਵਿੱਚ, ਚਲੋ ਹੁਣ ਇਹਨੇ ਡਰਾਉਣਾ ਹੀ ਆ। ਅਤੇ ਇੱਧਰ ਬਾਈ ਕਚੌਰੀਆਂ ਦੀ ਤਿਆਰੀ ਚੱਲ ਰਹੀ ਆ। ਅਤੇ ਚਲੋ ਇੱਧਰ ਆਹ ਬੰਦਾ ਦੇਖੋ ਬਾਈ ਲਿਟ ਕੇ ਹਟਿਆ ਹੁਣ ਫਰਸ਼ ਪਰ, ਅਤੇ ਹੁਣ ਬੈਠਾ ਕਰ ਰਿਹਾ ਪੜ੍ਹਾਈ ਆ। ਦੇਖੋ ਖੜ੍ਹ ਜਾ, ਆਹ ਦੇਖੋ ਆਹ ਲਿਖ ਰਿਹਾ ਹੈ ਪੰਜਾਬੀ 'ਚ। ਸਤਿ ਸ਼੍ਰੀ ਅਕਾਲ ਬੁਲਾ ਦੇ ਵੀਰ। ਹਾਂ ਕਿਆ ਕਰ ਰਿਹਾ ਹੈ, ਪੜ੍ਹ ਰਿਹਾ? ਹਲਾ ਬਾਈ ਇੱਕ ਨਾ ਆਇਆ ਹੈ ਪੜ੍ਹਾਈ। ਗੱਡੀ ਖੜੀ ਆ ਕੋਲੇ, ਤੇ ਇੱਧਰ ਸਰਦਾਰਨੀ ਲੱਗੀ ਵੀ ਆ ਤਿਆਰੀ ਚ ਕਚੌਰੀਆਂ ਦੀ। ਜੇ ਇੱਧਰ ਮੇਰੇ ਵੱਲ ਸਾਰਿਆਂ ਨੂੰ ਹੱਥ ਜੋੜ ਕੇ ਪੈਰ ਭਰ ਸਤਿ ਸ਼੍ਰੀ ਅਕਾਲ ਜੀ। ਹਾਂ ਵੀ ਡਿਮਾਂਡ ਪੂਰੀ ਕਰੂੰਗੀ ਅੱਜ ਪਰਮ ਦੀ। ਹਾਂ ਹਾਂਜੀ, ਪਰਮ ਦੀ ਡਿਮਾਂਡਾਂ ਹੁੰਦੀਆਂ ਨੇ ਜ਼ਿਆਦਾਤਰ। ਹੂੰ ਬਾ ਜਿਹੜਾ ਕੋਈ ਇਹਦਾ ਜਾ ਬਾਜ ਮੈਂ ਕੁਝ ਕਹਿ ਦਿੰਦਾ, ਮੰਮਾ ਬਣਾ ਦਿਓ ਅੱਜ। ਅੱਛਾ ਹਾਂ ਵੀ ਕਿਆ ਖਾਣਾ, ਕਚੌਰੀ ਜੀ ਕਿਕਣਾ? ਨਾ ਬਾਈ ਆਲਾ, ਇਹ ਕਹਿੰਦਾ ਮੇਰੀ ਮੰਮਾ ਸਵੇਰ ਜੋਗਿਆ ਰੱਖਦੀ, ਮੈਂ ਟਿਫਨ ਚ ਪਾ ਕੇ ਸਕੂਲ ਨੂੰ ਜਾਣੀ ਆ। ਅੱਛਾ ਮੇਰੀ ਫੇਵਰਟ ਹੈ ਕਹਿੰਦਾ ਕਚੌਰੀਆਂ। ਠੀਕ ਆ, ਨਾ ਲਸਣ ਇੰਨਾ ਪਾ ਦੇਣਾ ਕਚੌਰੀਆਂ 'ਚ। ਹਾਂਜੀ ਤਾਂ ਹੀ ਟੇਸਟੀ ਬਣੂਗੀਆਂ ਜੀ। ਹੜਦੀ ਨਹੀਂ ਤੂੰ, ਚੱਕੂਗੀ ਫੱਟੇ ਹੈਂ। ਜਿੰਨਾ ਮਸਾਲਾ ਪਾਓਗੇ ਉਨੀਆਂ ਸਵਾਦ ਬਣਦੀਆਂ। ਅੱਛਾ ਲਓ ਬਾਈ ਆਹ ਚੱਲ ਪਿਆ ਕੰਮ ਤਿਆਰੀ ਦਾ, ਅਤੇ ਇੱਧਰ ਬੰਦੇ ਆਪਣੇ ਲੱਗੇ ਹੋਏ ਆਹ। ਅਤੇ ਉੱਧਰ ਬਾਈ ਜਗਤ ਮਾਤਾ ਵੀ ਆ ਗਈ, ਹਾਲ ਹੈ ਮੰਮੀ ਸਤਿ ਸ਼੍ਰੀ ਅਕਾਲ, ਖਾਸੇ ਦਿਨ ਬਾਅਦ ਦੇਖੀ ਮੰਮੀ। ਹਾਂ ਅੱਛਾ ਉਹ ਲੈ ਮੰਮੀ ਭੋਗ ਵੀ ਸੱਤ ਰੰਗਾਂ ਲੈ ਕੇ ਆਈ ਹੈ ਬਈ, ਇਹੀ ਬਣਦਾ ਉੱਥੇ ਬਾਬੇ ਦੇ ਹਨਾ। ਲਓ ਬਈ ਮੰਮੀ ਇੱਧਰ ਸਤਰੰਗਾ ਭੋਗ ਲੈ ਕੇ, ਖੜ ਜਾ ਮੰਮੀ ਦਾ ਭੋਗ ਲੈ, ਮੰਮੀ ਨਹੀਂ ਨੂੰ ਹੱਥ ਕਰ ਦੋ ਫੇ ਲੈ ਜੀ ਭੋਗ ਤੇ ਇਸ ਟਾਈਮ ਖਾਓ। ਮੰਮੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬਸ ਸਤਿ ਸ਼੍ਰੀ ਅਕਾਲ ਬਰਾ, ਇਹ ਮੰਮੀ ਕਿੱਥੇ ਦਾ ਭੋਗ ਹੈ? ਮੈਂ ਉੱਥੇ ਗਏ ਤੇ ਰਮਨ ਦਾ ਤਾਇਆ ਜੀ ਨਿਕਲਦਾ। ਅੱਛਾ ਲਓ ਬਈ ਗੁਰਦੁਆਰਾ, ਹਾਂ ਉੱਥੇ ਬੈਠਾ ਤਾਂ ਬਾਈ ਕੋਲ ਜਾ ਫੋਨ ਕਰਿਆ ਤਾਂ ਤੁਸੀਂ, ਵੈਸੇ ਤੁਰ ਲੱਗੇ ਉੱਥੇ ਆ ਜਿਓ। ਹੁਣ ਉੱਥੇ ਫੁੱਲ ਪਾਏ ਅੱਜ। ਲੋ ਬਾਈ ਇੱਕਣਾ ਹੀ ਚੱਲੀ ਜਾਂਦਾ ਕੰਮ ਸਾਰੇ। ਤੇ ਮੰਮੀ ਪਹੁੰਚ ਗਈ ਸੀ, ਠੀਕ ਨੀ ਬਾਬਾ ਇੱਕਣਾ ਹੀ ਸਾਰਿਆਂ ਚ ਪਿਆਰ ਬਣਾਈ ਰੱਖੇ। ਆਲੋ ਠੀਕ ਨੀ, ਚਲੋ ਬਾਕੀ ਦਿਖਾਉਂਦੇ ਆ ਬਾਈ ਚੱਲਦਾ ਕੰਮ। ਲੋ ਬਾਈ ਉੱਧਰ ਜਗਤ ਮਾਤਾ ਵੀ ਚਲੇ ਗਈ, ਤੇ ਇੱਧਰ ਚੱਲ ਪਿਆ ਆਲੂਆਂ ਦਾ ਕੰਮ। ਤੇ ਤੁਹਾਨੂੰ ਪਤਾ ਵੀ ਇੱਧਰ ਕੰਮ ਨਿਬੇੜ ਕੇ ਹੀ ਬੰਦਾ ਵਿਹਲਾ ਹੋ ਗਿਆ। ਇਹ ਮੰਮਾ ਦੀ ਮਦਦ ਤਾਂ ਕਰਾਉਣੀ ਆ, ਹੱਥ ਵੀ ਧੋਤੇ ਆ ਕਿੱਕਣਾ ਤੋਂ। ਅੱਛਾ ਲੈ ਬਾਈ ਇੱਧਰ ਬੰਦਾ ਦੱਸੋ ਕਿੱਕਣਾ ਹੱਥ ਧੋਈ ਦੇ। ਅੱਛਾ ਹਾਂ ਸ਼ੈਂਪੂ ਲੈ ਕੇ, ਸ਼ੈਂਪੂ ਦੇ ਦੇ। ਲੈ ਬਾਈ ਸਿਖਾਇਆ ਬਾਈ ਵੀ। ਅੱਛਾ 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 ਇੱਕਣਾ, ਠੀਕ ਆ। ਹੋਰ ਇੱਕਣਾ ਵਾਸ਼ ਕਰਕੇ ਆਇਆ? ਅੱਛਾ ਲੈ ਬਾਈ ਇੱਕਣਾ ਬੰਦਾ ਹੱਥ ਧੋਂਦਾ, ਇਹਨੂੰ ਸਿਖਾਇਆ ਬਾਈ। ਇਹਨੂੰ ਕੁੰਡੀ ਸੋਟਾ ਦੇ ਦੇ ਮਸਾਲਾ ਕਟਾਏ ਤੇ। ਉਹ ਦੀਦੀ ਕਿੱਥੇ ਗਈ ਪਾਣੀ ਪਾ ਕੇ? ਇਹਨੂੰ ਟੈਲਾਂ ਭੰਨ ਦੇਣੀਆਂ। ਆ ਜਾ ਉਹਨਾਂ ਨੂੰ ਆ ਜਾ, ਇੱਕੋ ਛਿੱਲ ਹੋਣਾ ਤੇ, ਇੱਕੋ ਹੋਣਾ ਛਿੱਲੀ ਤੇ ਬਾਈ। ਪਰ ਤੁਹਾਨੂੰ ਪਤਾ ਹੈ
ਬੱਚੇ ਹੈਂ ਜਿਵੇਂ ਬੈਠ ਜਿਵੇਂ ਬਹੁਤ ਰਹਿੰਦਾ ਨਾ ਹਲਕਾ ਕੰਮ ਦਾ। ਅੱਛਾ ਖਾਣਿਆਂ ਵੀ ਇੰਨੇ ਹੀ ਹੈ ਤਾਂ ਹੀ ਟਿਊਸ਼ਨ ਟਿਫਨ ਵੀ ਇੰਨੇ ਹੀ ਲੈ ਕੇ ਜਾਣਾ ਸਕੂਲ ਦਾ। ਠੀਕ ਦੋ ਲਾ ਬਈ ਦੋ ਖਾਊਗਾ ਕਹਿੰਦਾ ਚੱਲ ਇਹਦੇ ਨਾਲ ਉਹਦੀਆਂ ਦੀਦੀ ਨੇ ਖਾ ਲੈਣੀਆਂ ਨਿਬੇੜ ਦੂਗੀ ਕੰਮ ਉਹ ਤੇਰੇ ਨਾਲ ਉਹਦੀਆਂ ਦੀਦੀ ਖਾ ਲੂਗੀ। ਲੈ ਬਈ ਇੱਕ ਬੰਦਾ ਸਾਡਾ ਹੋਰ ਕੰਮ ਕਰਿਆ ਪਾਣੀ ਪਾਉਣ ਤੋਂ ਬਾਅਦ ਆ ਦੇਖ ਲਓ ਕਦ ਲੈ ਗਈ ਡੋਲਾ ਇਹ ਕਦ ਲੈ ਕੇ ਗਈ ਬਾਈ ਡੋਲਾ ਇਹ ਜਸ਼ਨ ਤੂੰ ਜਸ਼ਨ ਕਚੌਰੀਆਂ ਵੀਰ ਜੀ ਨਾਲ ਵੀਰ ਜੀ ਦੇ ਨਾਲ ਉਹਦੀਆਂ ਤੈਅ ਖਾਣੀਆਂ ਹੈਂ ਆਲੂ ਤਾਂ ਸਾਰੇ ਛਿੱਲ ਤੇ ਜਸ਼ਨ ਉਹ ਕਹਿੰਦਾ ਮੈਂ ਦੋ ਖਾਣੀਆਂ ਕਹਿੰਦਾ ਬਾਕੀ ਦੀਦੀ ਖਾਊਗੀ ਮੇਰੇ ਨਾਲ ਉਹਦੀਆਂ ਖਾ ਲੂੰਗੀ। ਅੱਛਾ ਕਿਆ ਆਹੋ ਨੂਣੇ ਪੈਣਾ ਹੋਰ ਚੀਨੀ ਪੈਣੀ ਇਹਦੇ 'ਚ ਪੰਮੂ ਵੀ ਬਾਈ ਸਾਡਾ ਪੰਮੂ ਐ ਰੱਖ ਦੇ ਪੁੱਤ ਹੁਣ ਡੋਲ ਲੈਂਦੇ ਹੀ ਕਿਤੇ ਹੋਰੀ ਗੱਪਾਂ ਕਰ ਦੇਵੇ ਤਾਂ ਹਾਂ ਚੱਲ ਚੱਲ ਰੱਖ ਦੇ ਚਲੋ ਕਰੋ ਕੰਮ ਅਤੇ ਪਰ ਬਾਈ ਹਨੇਰਾ ਹੁਣ ਦੇ ਕਗਾਰ ਪਰ ਉਹ ਗਈ ਜਸ਼ਨ ਅੰਦਰ ਆ ਬੰਦਾ ਹਾਂ ਕਿੱਥੇ ਚੱਲਿਆ ਆ ਦੇਖ ਲਓ ਬਾਈ ਕਿੰਨਾ ਬੰਦਾ ਨੂੰ ਸਿੱਖਿਆ ਦਿੱਤੀ ਵੀ ਆ ਫਿਰ ਹੱਥ ਧੋਣ ਗਿਆ ਕੰਮ ਕਰਨ ਤੋਂ ਬਾਅਦ ਹੈਂ ਆਹ ਦੇਖ ਲਓ ਬਾਈ ਇਹ ਗੱਲ ਝੂਠ ਨਹੀਂ ਹੈਗੀ ਇਹ ਸੱਚ ਹੈ ਆਹ ਦੇਖੋ ਇੱਟਾਂ ਵੀ ਲਾਈਆਂ ਵੀ ਇੱਥੇ ਵੀ ਖੜ ਕੇ ਹੱਥ ਧੋਵੇ ਆਪਣਾ ਆਹ ਸ਼ੈਂਪੂ ਪਿਆ ਇਹਦਾ ਹੈਂ ਹਾਂ ਹੈਂਡ ਵਾਸ਼ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਦੱਸ ਕੇ ਗਿਆ ਹੈ ਚਲੋ ਚੱਲੀ ਜਾਣੇ ਕੰਮ ਬਾਈ ਨਿਆਣੇ ਖੁਸ਼ ਹੈ ਤਾਂ ਸਾਰੇ ਖੁਸ਼ ਅਤੇ ਬੱਲੋ ਬਲ ਚੁੱਕੇ ਆ। ਲਓ ਬਾਈ ਮਸਾਲਾ ਵੀ ਹੋ ਗਿਆ ਤਿਆਰ ਅਤੇ ਇੱਧਰ ਸਰਦਾਰਨੀ ਵੀ ਗਈ ਬੈਡ ਹਾਂ ਬਈ ਹੋ ਜੂਗਾ ਕੰਮ ਫਟਾ ਦੀ ਫਟ ਰਿਪੀਟ ਮਸਾਲਾ ਇੱਧਰ ਇੱਧਰ ਆ ਦੇਖੀ ਓਏ ਨਹੀਂ ਤੂੰ ਨਹੀਂ ਬਣਾਉਣੀ ਯਾਰ ਇੱਧਰ ਬਾਈ ਚੱਕਲਾ ਵੇਲਣਾ ਕਹਿੰਦਾ ਐਂ ਲੈ ਆ ਬਾਈ ਬੰਦੇ ਦਾ ਕਮੈਂਟ ਕਰਕੇ ਦੱਸੋ ਵੀ ਕਿੰਨੇ ਕੁ ਕੰਮ ਸਿੱਖਿਆ ਬਾਈ ਇਹ ਆਪਣੀ ਮੰਮੀ ਦੀ ਹੈਲਪ ਕਰਦਾ ਬਹੁਤ ਨਹੀਂ ਪੁੱਤ ਤੂੰ ਐਂ ਕਰੀ ਤੂੰ ਖਾਣੇ ਆਈ ਹਾਂ ਤੈਨੂੰ ਹਾਕ ਮਾਰੂਗੇ ਠੀਕ ਆ ਦੇਖ ਲੈ ਤੇਲ ਦੀ ਖੜ ਜਾ ਬਾਈ ਜਸ਼ਨ ਨੂੰ ਦਿਖਾਉਂਦਾ ਮੈਂ ਜਾ ਕੇ ਖੜ ਜਾ ਆਹ ਦੇਖੋ ਉਹ ਦੇਖੋ ਲੈ ਜਸ਼ਨ ਲੱਗੀ ਬਾਈ ਟੀ ਵੀ ਪਰ ਉੱਧਰ ਬੀ ਜੀ ਠੀਕ ਆ ਅਤੇ ਪਰਮਾ ਜਿਹੜਾ ਦੇਖ ਲਓ ਹਾਂ ਜਸ਼ਨ ਤਿਆਰੀ ਕਰਾਉਣੀ ਮੰਮੀ ਨਾਲ ਹੈਲਪ ਕੋਈ ਹੈਂ ਚਲੋ ਕੋਈ ਨਹੀਂ ਖੇਡ ਲਓ ਆਰਾਮ ਨਾਲ ਠੀਕ ਹੈ ਹਾਂ ਤੂੰ ਅੱਗ ਚੌਰੀ ਉਹ ਚੱਕ ਕੇ ਆ ਗਈ ਨਹੀਂ ਨਹੀਂ ਲੜਦੇ ਚੱਲ ਤੂੰ ਆਪਣਾ ਕੰਮ ਕਰ ਲੜਨ ਨੂੰ ਗਾਂ ਕਿਤੇ ਉਰੇ ਪਾਕਿਸਤਾਨ ਦੀ ਜੰਗ ਚੱਲਦੀ ਹੈ ਹੈਂ ਚੱਲ ਪੈਂਦੀ ਹੈ ਦੇਖ ਲਓ ਬਾਈ ਕਿੰਨੀ ਦੂਰ 'ਤੇ ਆਈ ਇਹ ਕਿਆ ਕਹਿੰਦਾ ਤਾ ਅੱਛਾ ਤੂੰ ਤਾਂ ਗਈ ਹੈ ਹਾਂ ਦੀਦੀ ਰਿਮੋਟ ਲੈਂਦੀ ਤੀ ਹੈਂ ਲੈਂਦੀ ਹੈ ਚੱਕ ਕੋਈ ਨਹੀਂ ਤੂੰ ਮੈਂ ਸਭ ਪੁੱਤ ਪਾ ਵੀ ਦੇ ਕੇ ਤਾਂ ਤੇਲ ਫੂਕ ਦੇਣਾ ਮੈਂ ਲਾਦੀ ਇੱਧਰ ਅੱਛਾ ਪੰਮੂ ਦੀਆਂ ਲਾੜਾਂ ਗਿਰ ਰਹੀਆਂ ਵਿਚਾਰੇ ਦੀਆਂ ਹੈਂ
ਅੱਛਾ ਇੱਕ ਇੱਕ ਵਾਰੀ ਇੱਕ ਵਾਰੀ ਲੈ ਬਈ, ਇੱਕ ਕਚੌਰੀ ਕਹਿੰਦਾ ਮੈਂ ਪਾਉਣੀ, ਇੱਕ ਮੰਮੀ ਨੇ। ਠੀਕ ਚਲੋ ਬਾਈ, ਹੁਣ ਦੇਖਦੇ ਉੱਧਰ ਤੇਲ ਦੇ ਵਿੱਚ ਜਾ ਕੇ ਕਿਆ ਕਰਦੀ ਹੈ। ਹੇ ਆਲਾ ਬਈ, ਆਲਾ ਤੇਰਾ ਮਸਾਲਾ ਹੀ ਨਾ ਨਿਕਲ ਜਾਵੇ। ਚੱਲ ਪਹਿਲੀ ਕਚੌਰੀ ਆ ਹਲੇ, ਤਲ ਹੋ ਗਈ ਬਾਈ, ਬਾਈ ਹੋ ਗਈ ਆ ਦੇਖ ਇੱਧਰ ਲੱਗ ਗਈ ਬੋਲ। ਚੱਲ ਪਿਆ ਕੰਮ, ਅਤੇ ਉੱਧਰ ਨਾਲ ਦੀ ਨਾਲ ਭਰਾਈ ਵਿੱਚੇ ਵਿੱਚ ਬਹੁ ਹੁਣ ਨਹੀਂ ਪਰਮਰਾਂ ਨੂੰ ਆਈ ਗਈ ਆਉਣ ਦੇਣੀ, ਹੈ ਨਾ। ਚੱਲ ਬਾਈ ਇੱਕ ਤਾਂ ਮੈਂ ਤਲ ਦਿੰਦਾ ਖੜਦਾ ਖੜਾ ਖੜਾ ਖੜਾ, ਅਤੇ ਆਲੋ ਪਿੱਛੇ ਰਹੀ ਸਰਦਾਰ ਨਹੀਂ ਮੇਰੇ ਤੇ ਤੇਲ ਦੇ ਛਿੱਟੇ ਪੈ ਜਾਵੇ। ਹਾਂ ਮੈਂ ਕਦੇ ਕਦੇ ਵਾਲਾ ਸਰੋਂ ਦਾ ਤੇਲ ਆ ਬਾਈ ਸਾਡਾ, ਇਹ ਘਰ ਦਾ ਕੱਢ ਚੁੱਕਿਆ ਪੂਰਾ ਹੁਣ। ਠੀਕ ਹੈ, ਅਤੇ ਚਲੋ ਬਾਕੀ ਹੁਣ ਪਰਮਨਾ ਦੀ ਤਿਆਰੀ ਚੱਲ ਪੈਣੀ। ਉੱਧਰ ਉਹ ਵੀ ਦੇਖ ਲਈ ਕਚੌਰੀ ਕਿਤੇ ਜਲੇ ਜਾਵੇ। ਹੈਂ ਅੱਛਾ, ਇੱਕ ਹੋਰ ਪਲੇਟ ਨਹੀਂ ਦੇਣੀ ਹਲੇ। ਹੈਂ ਹਾਂ ਬਈ, ਪਲੇਟ ਚਾਹਵੇ ਫਿਰ ਕਚੌਰੀ? ਠੀਕ ਹੈ, ਦਿੰਦੇ ਪੁੱਤ ਪਾ ਕੇ ਤੈਨੂੰ ਪਲੇਟ। ਚੱਕੋ ਭਾਂਡੇ ਚੱਕ ਦੇ ਬਈ ਪਰਮ ਦੇ, ਪਲੇਟ ਤਿਆਰ। ਅਤੇ ਆ ਬਾਈ ਕੋਲੀ ਦੇ ਵਿੱਚ ਜਾਣਾ ਇਹਦਾ ਦਹੀਂ, ਆਹੋ ਹਰ ਪਿੱਛੇ ਵੀ ਹਟ ਮੈਂ ਰੱਖਦਾ, ਤੇਰਾ ਚਮਚਾ ਵੀ ਕੱਢ ਕੇ ਦਿੰਦਾ ਯਾਰ, ਕੱਢ ਚਮਚਾ। ਅਤੇ ਆਹੋ ਬਾਈ ਆਪਣਾ ਚਮਚਾ ਦੇਖ ਕੇ ਕੱਢੂਗਾ, ਲਾ ਦੇ ਕੋਲ ਪਾਉਂਦੇ ਆ ਦਹੀਂ। ਅਤੇ ਇੱਧਰ ਹਾਂ ਬਣ ਗਈ ਕਚੌਰੀ, ਇੱਧਰ ਹੀ ਰੱਖ। ਅੱਛਾ ਚੱਲ ਕੋਈ ਨਹੀਂ, ਹੁੰਦਾ ਹੀ ਮਾੜਾ ਮੋਟਾ। ਲਿਆਓ ਕਚੌਰੀ ਰੱਖ ਪਰਮ ਦੀ ਪਲੇਟ ਦੇ ਵਿੱਚ। ਅੱਛਾ ਦਹੀਂ ਪਾ ਦੇ ਫਿਰ ਇਹਨਾਂ ਨੂੰ, ਮੈਂ ਉਹ ਦੇਖਦਾ ਕਚੌਰੀ ਤਾਂ। ਠੀਕ ਹੈ ਲਓ ਬਈ, ਆਹ ਕਚੌਰੀ ਪਰਮ ਦੀ, ਅਤੇ ਮੈਂ ਥੋੜ੍ਹਾ ਜਿਹਾ ਕੱਚਾ ਖਿਲਾੜੀ ਹੈ ਇੱਧਰ ਕੁਕਿੰਗ ਦੇ ਵਿੱਚ। ਦੇ ਦਿੰਦੇ ਇਹਨੂੰ ਗਲੋਟ ਨੂੰ ਬਾਈ ਦਾ, ਆ ਲਓ ਚਲੋ ਪੱਕੀ ਜਾਓ। ਅਤੇ ਇੱਧਰ ਹਾਂ ਆ ਗਿਆ ਦਹੀਂ, ਤੇਰੇ ਦਹੀਂ 'ਚ ਵੀ ਗੜ ਵੀ ਭਰ ਗਿਆ, ਮੁੰਡੇ ਨੂੰ ਪਾ ਦੇ ਖੁੱਲ੍ਹਾ ਜਿਹਾ ਦਹੀਂ, ਹਾਲੇ ਦੀਦੀ ਆਪਣੀ ਮਰਜ਼ੀ ਦੀ ਲੈ ਕੇ ਜਾਊਗੀ ਦੀ। ਚੱਲ ਲੈ ਫੜ ਪੁੱਤ ਕਚੌਰੀ, ਅਤੇ ਆ ਲੈ ਚੱਲ ਚੱਕ ਲੈ ਬਈ, ਬੰਦਾ ਲੈ ਚੱਲਿਆ ਆਪਣੀ ਕਚੌਰੀ। ਦੇਖੋ ਬਾਈ ਦੇਖਿਓ ਦੇਖਿਓ, ਹਾਂ ਦੇਖੋ ਆਹ ਦੇਖੋ ਬਾਈ, ਆਹ ਹੈ ਭੈਣ ਭਾਈ ਦਾ ਪਿਆਰ ਇੱਕ ਨਾ। ਕਹਿੰਦੇ ਵੀ ਨਾ, ਪਰ ਇੱਕ ਗੱਲ ਆ ਵੀਰੋ, ਲੜਨਾ ਵੀ ਇਹਨਾਂ ਨੇ ਸਾਰੀ ਦਿਹਾੜੀ, ਰਹਿਣਾ ਵੀ ਇਕੱਠੇ ਖਾਣਾ ਵੀ ਇਕੱਠੇ, ਇਹ ਕੰਮ ਆ। ਚਲੋ ਹੋਰ ਇਹਨਾਂ ਨੇ ਇੱਕ ਹੋਰ ਕਚੌਰੀ ਲਿਆ ਦਿੰਦਾ ਉੱਧਰ 'ਤੇ। ਹਾਂ ਵੀ ਸਰਦਾਰ ਨੇ ਦੇਈ ਇੱਕ ਕਚੌਰੀ ਹੋਰ ਉਹਨਾਂ ਦੀ ਬੱਚਿਆਂ ਦੀ, ਇਹ ਪਲੇਟ 'ਚ ਦਿਆਉਂਦਾ ਗਰਮਾ ਗਰਮ। ਬੱਚੇ ਖੁਸ਼ ਆ ਬਾਈ, ਸਾਰੇ ਖੁਸ਼ ਆ। ਹਾਂ ਮਿੱਠੀ ਆ ਕਿ ਕੌੜੀ ਆ ਮਾੜੀ ਜੀ, ਐਂ ਦੱਸਦੇ ਪੰਮੂ, ਮਿੱਠੀ ਆ? ਹਾਂ ਲੈ ਬਾਈ ਮਿੱਠੀ ਕਚੌਰੀ ਆ ਇਹ, ਨਾ ਮਿੱਠਾ ਠੀਕ ਆ ਵਿੱਚ? ਹੈ ਠੀਕ ਆ, ਕਿੰਨੀ ਕੁ ਮਿੱਠੀ ਆ? ਹਾਂ ਦੇਖ ਲਓ ਬਾਈ ਆ ਇਹ ਆ ਬਚਪਨ ਬਾਈ, ਇਹਨੂੰ ਕਿਆ ਪਤਾ ਵੀ ਨੂਣ ਕਿਆ ਹੈ ਮਿੱਠਾ ਕਿਆ ਹੈ। ਹਾਂ ਜਸ਼ਨ ਠੀਕ ਹੈ, ਓਕੇ ਆ? ਲੈ ਬਾਈ ਚਲੋ ਠੀਕ ਆ ਜੀ, ਦੱਸ ਦਿੰਦੇ ਉੱਧਰ ਕੁੱਕ ਸਾਹਿਬ ਨੂੰ ਆਪਣੇ ਵੀ ਕੰਮ ਸਾਰਾ ਓਕੇ ਆ ਬਾਈ। ਬਾਈ ਕੰਮ ਓਕੇ ਆ ਤੇਰੇ ਬੱਚੇ ਕਹਿੰਦੇ, ਆ ਰੱਖ ਲੈ ਆਪਣੀ ਪਲੇਟ ਉੱਧਰ। ਹੈਂ ਠੀਕ ਆ, ਬੱਚੇ ਖੁਸ਼ ਸਭ ਕੁਛ ਹੈ ਨਾ, ਚਲੋ ਠੀਕ ਆ ਬਾਈ।
ਲੋ ਬਈ ਜਸ਼ਨ ਨੇ ਤਾਂ ਖਾ ਲਈ ਤੇ ਉਧਰ ਅਸੀਂ ਵੀ ਪਾਪਾ ਜੀ ਨੂੰ ਵੀ ਅੱਜ ਆਈ ਕਚੌਰੀਆਂ ਤੇ ਉਧਰ ਪਰਮ ਦਾ ਹਲੇ ਲੱਗਿਆ ਹੋਈ ਹੈ, ਇਹਦੀ ਲੱਗ ਗਈ ਸਰਵਿਸ ਫੋਰ ਡਿਊਟੀ। ਹਲੋ ਲਾ ਬਈ ਚੱਕ ਚੱਕ ਬਈ ਇੱਧਰ ਮਿਲੋ ਜੀ ਅਮਨ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂ ਜਸ਼ਨ ਕੰਮ ਲਾਤੀ? ਕੰਮ ਲਾ ਛੱਡੀ। ਅੱਛਾ ਅੱਛਾ ਚਾਚਾ ਭਤੀਜਾ ਬਾਈ ਦੋਵੇਂ ਬਰਾਬਰ ਬਰਾਬਰ ਦੇ ਦੱਬਦਾ ਨੀ ਪੰਮੂ? ਗੇੜੇ ਦਿੱਤੇ ਬਾਈ ਪੂਰੇ ਹੌਲੀ 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 ਪੁੱਤ ਹੌਲੀ 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 ਚਾਚੇ ਨੇ ਤਾਂ ਨਾ ਵਿਗਾੜਨਾ ਇਹ, ਠੀਕ ਹੈ ਬਾਈ? ਚਲੋ ਚੱਲੀ ਜਾਂਦਾ ਬਾਹਰ ਬੈਠਾ ਤਾਂ ਉੱਠ ਕੇ ਤੈਨੂੰ ਦੇਖ ਕੇ ਆ ਗਿਆ ਅੰਦਰ ਨੂੰ ਹੈ। ਅੱਛਾ ਠੀਕ ਹੈ ਚਲੋ ਬਾਈ। ਅੱਛਾ ਮੈਚ ਚੱਲ ਪਿਆ? ਲੈ ਬਈ ਹੁਣ ਅਮਨ ਦੀ ਆ ਗਈ ਇੱਧਰ ਬਾਰੀ, ਇੱਧਰ ਪਰਮ 'ਤੇ ਖੋਲਿਆ ਰਿਮੋਟ। ਚਲੋ ਚੱਲ ਰਿਹਾ ਜੀ ਕੰਮ। ਅੱਛਾ ਠੀਕ ਆ ਚਲ ਚਲੋ ਬਾਈ ਚੱਲਦਾ ਕੰਮ।